ਦੇਖੋ ਅੱਜ ਦੇ ਜਿਹੜੀ ਪ੍ਰੈਸ ਕਾਨਫਰੰਸ ਹੈ ਆਏ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜਾ ਕੱਲ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਤੇ ਇੱਕ ਕਾਂਗਰਸ ਨੇ ਝੂਠਾ ਮਗਦਮਾ ਦਰਜ ਕੀਤਾ ਮੈਂ ਕਹਿੰਦਾ ਕਿ ਸਿਆਸੀ ਬਦਲਾ ਖਰੀ ਤਹਿ ਜਿਹੜਾ ਪਰਚਾ ਉਹਨਾਂ ਤੇ ਦਰਜ ਕੀਤਾ ਗਿਆ ਉਹਦੇ ਸਬੰਧ ਵਿੱਚ ਅੱਜ ਮੈਂ ਕੁਝ ਗੱਲਾਂ ਦੱਸਣੀਆਂ ਚਾਹਣਾ ਕਿਉਂਕਿ ਮੈਂ ਬੜਾ ਲੰਮਾ ਸਮਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦੇ ਨਾਲ ਰਿਹਾ ਕਰੀਬ ਮੈਂ 15 ਸਾਲ ਤੋਂ ਉਹਨਾਂ ਦੇ ਨਾਲ ਰਿਹਾ ਮੈਂ ਉਹਨਾਂ ਦੀ ਰਗ ਰਗ ਤੋਂ ਵਾਕਿਬਾਂ ਕਿ ਉਹ ਇਨਸਾਨ ਕਿਹੋ ਜਿਹਾ ਇਨਸਾਨ ਨੇ ਜਿਨ੍ਹਾਂ ਉਹਨਾਂ ਚ ਨਿਤਨੇਮ ਜਾਂ ਲੋਕਾਂ ਦਾ ਭਲਾ ਕਰਨ ਵਾਸਤੇ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਆ ਮੈਂ ਜੋ ਦੱਸਣੀ ਚਾਹਣਾ ਕਿਉਂਕਿ ਇੱਕ ਵੇਲਾ ਇਹੋ ਜਿਹਾ ਆਇਆ ਸੀਗਾ ਜਿਹੜਾ ਅੱਜ ਝੂਠਾ ਮਕਦਮਾ ਉਹਨਾਂ ਤੇ ਦਰਜ ਕੀਤਾ ਗਿਆ ਜਦੋਂ ਇਹਦਾ ਰੌਲਾ ਪੈਂਦਾ ਹੁੰਦਾ ਸੀਗਾ 2017 ਦੇ ਵੇਲੇ ਕਿ ਬਿਕਰਮ ਸਿੰਘ ਮਜੀਠੀਏ ਨੇ ਜਿਹੜਾ ਨਸ਼ਾ ਵੇਚਦਾਵਾ ਜੋ ਕੋਸ਼ਿਸ਼ ਝੂਠ ਪ੍ਰਚਾਰ ਜਿਹੜੇ ਆਮ ਆਦਮੀ ਵਾਲੇ ਕਾਂਗਰਸ ਵਾਲਿਆਂ ਨੇ ਕੀਤਾ ਸੀਗਾ ਤੇ ਉਹ ਉਸ ਸਾਡੇ ਇਲਾਕੇ ਨੇ ਮਜੀਠੇ ਦੇ ਇਲਾਕੇ ਨਿਵਾਸੀਆਂ ਨੇ ਜਿਹੜਾ ਉਹਦਾ ਬੜਾ ਵਧੀਆ ਜਵਾਬ ਦਿੱਤਾ ਸੀਗਾ ਕਿ ਉਹਨਾਂ ਨੂੰ ਫੇਰ 23000 ਦੀ ਲੀਡ ਤੇ ਜਿਤਾਇਆ ਸੀਗਾ ਕਿਉਂਕਿ ਜੇ ਮਜੀਠੀਆ ਸਾਹਿਬ ਇਹੋ ਜਿਹਾ ਕੋਈ ਗਲਤਮਲਤ ਕੰਮ ਕਰਦੇ ਹੁੰਦੇ ਤੇ ਫੇਰ ਮੈਂ ਸਮਝਦਾ ਸਭ ਤੋਂ ਪਹਿਲਾਂ ਇਲਾਕਾ ਉਸ ਇਨਸਾਨ ਨੂੰ ਮਾਰ ਮਾਰਦਾ ਤੇ ਫੇਰ ਬਾਹਰ ਜਾ ਕੇ ਪਤਾ ਲੱਗਦਾ ਵਾ ਪਰ ਲੋਕਾਂ ਨੇ ਉਹਨਾਂ ਨੂੰ ਮੋਹਰ ਲਾਤੀ ਸੀ ਕਿ ਇਹੋ ਜਿਹਾ ਇਨਸਾਨ ਨਹੀਂ ਔਰ ਮੈਂ ਦੂਜੀ ਗੱਲ ਕਰਨੀ ਚਾਹਣਾ ਕਿ ਜੋ ਐਫਆਈਆਰ ਦੇ ਵਿੱਚ ਇਹਨਾਂ ਨੇ ਬਹਾਨੇ ਬਣਾਏ ਆ ਜਾਂ ਗੱਲਾਂ ਘਟੀਆਂ ਮਨ ਘੜਤ ਗੱਲਾਂ ਲਿਖੀਆਂ ਬਿੱਟੂ ਔਲਖ ਦੇ ਨਾਲ ਜੋੜਿਆ ਸੱਤੇ ਦੇ ਨਾਲ ਜੋੜਿਆ ਮੈਨੂੰ ਲੱਗਦਾ ਸ਼ਾਇਦ ਬਿੱਟੂ ਔਲਖ ਤੇ ਕੋਰਟ ਦੇ ਵਿੱਚੋਂ ਭਰੀ ਹੋ ਕੇ ਆ ਗਿਆ ਉਹਦੇ ਤੇ ਜਿਹੜਾ ਉਹ ਕੋਰਟ ਚੋਂ ਭਰੀ ਹੋ ਕੇ ਆ ਗਿਆ ਇਹ ਅਜ ਉਹਨਾਂ ਦੀਆਂ ਪਨਾਹਾਂ ਦੇ ਉੱਤੇ ਇੱਕ ਝੂਠਾ ਜਿਹੜਾ ਮੁਕਦਮਾ ਦਰਜ ਕਰ ਰਿਹਾ ਆ ਮੈਂ ਦੇਖ ਰਿਹਾ ਸੀਗਾ ਆ ਮੈਂ ਤੁਹਾਨੂੰ ਫੋਟੋ ਵਿਖਾਉਣਾ ਕਿ ਜਿਹੜੀ ਸੱਤੇ ਦੀ ਗੱਲ ਕਰਦੇ ਆ ਸੱਤਾ ਜੇ ਕੋਈ ਸਭ ਤੋਂ ਜ਼ਿਆਦਾ ਕਿਸ ਦੇ ਕਰੀਬੀ ਰਿਹਾ ਤੋ ਉਹ ਇੰਦਰਬੀਰ ਸਿੰਘ ਬਲਾਰੀਏ ਦੇ ਕਰੀਬੀ ਰਿਆ ਆ ਦੇਖੋ ਆ ਸੱਤੇ ਦੀ ਜਿਹੜੀ ਫੋਟੋ ਆ ਇੰਦਰਬੀਰ ਸਿੰਘ ਬਲਾਰੀਏ ਦੇ ਨਾਲ ਆ ਔਰ ਜਿਹੜੀ ਇਹ ਬਾਰ ਬਾਰ ਗੱਲਾਂ ਕਰਦੇ ਆ ਕਿ ਮਜੀਠੀਏ ਨੇ ਉਹਨੂੰ ਸਿਕਿਉਰਿਟੀ ਦਿੱਤੀ ਗੱਡੀਆਂ ਦਿੱਤੀ ਉਹ ਮਜੀਠੀਏ ਨੇ ਨਹੀਂ ਦਿੱਤੀ ਮੈਂ ਉੱਥੇ ਰਹਿੰਦਾ ਰਿਆ ਉਹ ਇੰਦਰਬੀਰ ਸਿੰਘ ਬਲਾਰੀਏ ਦੀਆਂ ਜਿਪਸੀਆਂ ਚੱਲਦੀਆਂ ਸੀਗੀਆਂ ਇੰਦਰਬੀਰ ਸਿੰਘ ਬਲਾਰੀਆ ਸੱਤੇ ਨੂੰ ਜਿਹੜੀ ਆ ਆਪਦੇ ਘਰ ਲਗਾਤਾਰ ਮੇਰੇ ਹਿਸਾਬ ਨਾਲ ਡੇਢ ਦੋ ਸਾਲ ਤੇ ਮੈਂ ਆਪਦੀ ਅੱਖਾਂ ਨਾਲ ਵੇਖਦਾ ਰਿਹਾ ਕਿ ਜਿਹੜਾ ਸੱਤਾ ਇੰਦਰਬੀਰ ਸਿੰਘ ਬਲਾਰੀਆ ਦੇ ਘਰ ਦੇ ਵਿੱਚ ਸੌਂਦਾ ਰਿਹਾ ਔਰ 2011 ਦੇ ਮੈਨੂੰ ਲੱਗਦਾ 2011 ਚ ਬਲਾਰੀਆ ਦਾ ਦੂਜਾ ਵਿਆਹ ਹੋਇਆ ਔਰ ਉਹਦੀ ਜਦੋਂ ਲੋਹੜੀ ਬਲਾਰੀਆ ਦੇ ਘਰ 2012 ਦੇ ਵਿੱਚ ਜਨਵਰੀ ਦੇ ਵਾਲੀ ਲੋਹੜੀ ਦੇ ਵਿੱਚ ਸੱਤਾ ਜਿਹੜਾ ਵਾ ਉਹ ਇੰਦਰਬੀਰ ਸਿੰਘ ਬਲਾਰੀਆ ਦੇ ਘਰ ਦੇ ਵਿੱਚ ਸੀਗਾ ਔਰ ਫਿਰ ਲਗਾਤਾਰ ਜਿਹੜਾ ਸੱਤਾ ਉਹ ਬਲਾਰੀਆ ਦੇ ਘਰ ਰਹਿੰਦਾ ਰਿਹਾ ਆ ਹੋਰ ਵੀ ਕਈ ਫੋਟੋਸ ਆ ਆ ਦੇਖੋ ਤੁਸੀਂ ਆ ਵੇਖੋ ਬਲਾਰੀਏ ਦੇ ਨਾਲ ਇੱਥੇ ਵੀ ਸੱਤੇ ਬੈਠਾ ਔਰ ਜੇ ਕਿਸੇ ਮੈਂ ਸਮਝਦਾ ਕਿ ਜਦੋਂ ਮੈਂ ਸੱਤੇ ਨੂੰ ਕਿਤੇ ਆਉਂਦਾ ਵੇਖ ਤੁਸੀਂ ਸਮਝਦੇ ਹੋ ਕਿ ਮੈਂ ਜੀਠੀਏ ਦੇ ਘਰ ਸੱਤਾ ਆਉਂਦਾ ਤੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਫਿਰ ਉਤੋਂ ਪਹਿਲਾਂ ਜਿਹੜਾ ਵਾ ਉਹ ਇੰਦਰਬੀਰ ਸਿੰਘ ਬਲਾਰੀਏ ਤੇ ਮਕਦਮਾ ਦਰਜ ਹੋਣਾ ਚਾਹੀਦਾ ਯਾਰ ਇਹ ਜਿਹੜਾ ਉਹ ਇੰਦਰਬੀਰ ਸਿੰਘ ਬਲਾਰੀਏ ਦਾ ਸੀਗਾ ਔਰ ਮੈਂ ਇਹ ਵੀ ਗੱਲ ਕਹਿ ਦੇਣਾ 13 14 ਦੇ ਵਿੱਚ ਸੱਤੇ ਦੇ ਭਰਾ ਦਾ ਵਿਆਹ ਜਿਹੜਾ ਕੈਨੇਡਾ ਦੇ ਕੈਨੇਡਾ ਹੋਇਆ ਔਰ ਉਹਦੇ ਵਿੱਚ ਤੁਸੀਂ ਇਹਦਾ ਰਿਕਾਰਡ ਕਢਾ ਲੋ ਇਹ ਸਰਕਾਰ ਆਂਦੀ ਹੈ ਨਾ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਫਿਰ ਇਮਾਨਦਾਰੀ ਨਾਲ ਇਹ ਸਰਕਾਰ ਕੰਮ ਕਰੇ ਉਹਦਾ ਰਿਕਾਰਡ ਕਢਾਵੇ ਮੈਂ ਦਾਅਵੇ ਨਾ ਕਹਿ ਸਕਦਾ ਕਿ ਇਹ ਜਿਹੜਾ 2013-14 ਚ ਸਤੇ ਦੇ ਭਰਾ ਦਾ ਜਦੋਂ ਵਿਆਹ ਇੰਦਰਬੀਰ ਬਲਾਰੀਆ ਕਨੇਡਾ ਵੀ ਉਥੇ ਪਹੁੰਚ ਆਇਆ ਵਾ ਉਹਦੇ ਭਰਾ ਦੇ ਵਿਆਹ ਤੇ ਤੇ ਅੱਜ ਇਹਨਾਂ ਨੇ ਸਾਰਾ ਜਿਹੜਾ ਉਹ ਮਜੀਠੀਆ ਸਾਹਿਬ ਤੇ ਝੂਠਾ ਜਿਹੜਾ ਮਕਦਮਾ ਦਰਜ ਕੀਤਾ ਮੈਂ ਜਿੱਥੇ ਉਹਦੀ ਬੜੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਔਰ ਮੈਂ ਸਮਝਦਾ ਕਿ ਇਹ ਨਵਜੋਤ ਸਿੰਘ ਸਿੱਧੂ ਔਰ ਸੁਖਜਿੰਦਰ ਰੰਧਾਵਾ ਜਿਹੜੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਬਾਰ ਬਾਰ ਵੱਡੀਆਂ ਗੱਲਾਂ ਕਰਦੇ ਸੀਗੇ ਇਹ ਕਹਿੰਦੇ ਹੁੰਦੇ ਸੀਗੇ ਕਿ ਮੈਂ ਆਮ ਹੀ ਸੋੰਦਾ ਰਿਆਂ ਸੁਖਜਿੰਦਰ ਸਿੰਘ ਰੰਧਾਵਾ ਕਹਿੰਦਾ ਸੀ ਮੈਂ ਸੰਤੋਖ ਸਿੰਘ ਰੰਧਾਵੇ ਦਾ ਪੁੱਤ ਨਹੀਂ ਜਿਵੇਂ ਜੀਠੀਏ ਨੂੰ ਮੈਂ ਅੰਦਰ ਨਾ ਕਰਾਂ ਕੈਪਟਨ ਮਰਿੰਦਰ ਸਿੰਘ ਜਿਹੜਾ ਸਾਡੀ ਵਾਹ ਪੇਸ਼ ਨਹੀਂ ਜਾਣ ਦਿੰਦਾ ਕਿਉਂਕਿ ਉਦੋਂ ਕੈਪਟਨ ਮਰਿੰਦਰ ਸਿੰਘ ਚੀਫ ਮਿਨਿਸਟਰ ਹੁੰਦੇ ਸੀ ਔਰ ਉਸ ਤੋਂ ਬਾਅਦ ਜਦੋਂ ਆਪਾਂ ਆਮ ਹੀ ਤੁਸੀਂ ਵੀ ਵੇਖਦੇ ਰਹੋ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਹਰ ਸਟੇਜ ਤੇ ਇਹ ਗੱਲ ਕਹਿੰਨੀ ਕਿ ਮੈਂ ਭਗਵੰਤ ਸਿੰਘ ਦਾ ਮੁੰਡਾ ਨਹੀਂ ਜੇ ਮੇਰੇ ਕੋ ਪਾਵਰ ਹੈ ਤੇ ਮੈਂ ਮਜੀਠੀਆ ਨੂੰ ਅੰਦਰ ਨਾ ਦਵਾ। ਇਹ ਇਹਨਾਂ ਨੇ ਇੱਕ ਨਿੱਜੀ ਰੰਜਿਸ਼ ਕੱਢੀ ਆ ਹੋਰ ਇਹ ਕੋਈ ਨਹੀਂ ਇਹ ਸਾਰਾ ਸਿਆਸੀ ਬਦਲਾਖੋਰੀ ਦੇ ਤਹਿਤ ਜਿਹੜਾ ਨਾ ਪਰਚਾ ਦਰਜ ਕੀਤਾ ਔਰ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਸਾਨੂੰ ਮਾਨਯੋਗ ਅਦਾਲਤਾਂ ਤੇ ਬੜਾ ਵਿਸ਼ਵਾਸ ਆ ਔਰ ਸਾਨੂੰ ਜਿਹੜਾ ਉਹ ਜਲਦੀ ਤੋਂ ਜਲਦੀ ਇਸ ਝੂਠੇ ਪਰਚੇ ਦੇ ਵਿੱਚ ਮਜੀਠੀਆ ਸਾਹਿਬ ਨੂੰ ਜ਼ਰੂਰ ਬੇਲ ਮਿਲੇਗੀ ਔਰ ਸਾਨੂੰ ਜਿਹੜਾ ਕੋਰਟ ਤੇ ਪੂਰਾ ਵਿਸ਼ਵਾਸ ਆ ਔਰ ਮੈਂ ਇਹਨਾਂ ਬੰਦਿਆਂ ਨੂੰ ਇਹ ਗੱਲ ਕਹਿਣੀ ਚਾਹੁੰ ਪੂਰਾ ਵਾਹ ਲਾ ਲਿਆ ਔਰ ਤੁਸੀਂ ਇਹ ਬਹੁਤ ਗਲਤ ਜੜੀ ਆ ਪਿਰਤ ਪੰਜਾਬ ਦੇ ਵਿੱਚ ਪਾਤੀ ਆ ਕਿ ਇੰਨੀ ਵੱਡੀ ਗਲਤ ਗੰਦੀ ਸਿਆਸਤ ਤੁਸੀਂ ਜੜੀ ਕਰਕੇ ਰੱਖ ਦਿੱਤੀ ਆ ਉਹਦਾ ਜਿਹੜਾ ਇਹਨਾਂ ਨੂੰ ਖਮਿਆਜਾ ਉਹ ਜ਼ਰੂਰ ਭੁਗਤਣਾ ਪਵੇਗਾ ਸਾਡੇ